ਪੰਜਾਬ ਵਿੱਚ ਡਰੱਗ ਤਸਕਰੀ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ। ਸੁਰੱਖਿਆ ਫੋਰਸਾਂ ਵੱਲੋਂ ਇਸ ਨੂੰ ਰੋਕਣ ਦੇ ਕਰੜੇ ਪ੍ਰਬੰਧ ਕਰਨ ਦੇ ਬਾਵਜੂਦ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਰੱਗ ਤਸਕਰਾਂ ਵੱਲੋਂ ਤਸਕਰੀ ਦੇ ਨਵੇਂ ਨਵੇਂ ਤਰੀਕੇ ਕੱਢੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸਾਹਮਣੇ ਆਇਆ, ਜਿਸ ਵਿੱਚ ਰੇਲਵੇ ਪੁਲਿਸ ਨੇ 15 ਕਿਲੋ ਅਫੀਮ ਜ਼ਬਤ ਕੀਤੀ ਹੈ। ਪੁਲਿਸ ਅਨੁਸਾਰ ਆਰੋਪੀ ਇਹ ਅਫੀਮ ਝਾਰਖੰਡ ਤੋਂ ਲੈ ਕੇ ਆਇਆ ਸੀ ਅਤੇ ਫਗਵਾੜੇ ਲੈ ਕੇ ਜਾਣੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਆਰੋਪੀ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਅਫੀਮ ਦੀ ਤਸਕਰੀ ਕਰ ਚੁੱਕਾ ਹੈ। ਰਿਸਪੈਕਟਡ ਸੀਐਮ ਪੰਜਾਬ, ਡੀਜੀਪੀ ਪੰਜਾਬ ਅਤੇ ਡੀਜੀਪੀ ਜੀਆਰਪੀ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗਜ਼ ਦੇ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਲੁਧਿਆਣਾ ਸਟੇਸ਼ਨ 'ਤੇ ਇੰਸਪੈਕਟਰ ਪਰਵਿੰਦਰ ਸਿੰਘ ਵੱਲੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਸਾਹਿਬ ਇਨਵੈਸਟੀਗੇਸ਼ਨ, ਜਿਸ ਦੌਰਾਨ ਇੱਕ ਬੰਦਾ ਲੋਡਵਾਲ ਸਾਈਡ ਤੋਂ ਜਾ ਰਿਹਾ ਸੀ ਅਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗਿਆ, ਜਿਸ ਨੂੰ ਸ਼ੱਕ ਦੀ ਬਿਨਾਹ 'ਤੇ ਕਾਬੂ ਕੀਤਾ ਗਿਆ ਅਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ। ਨਹੀਂ, ਇਹ ਪਲੇਟਫਾਰਮ 'ਤੇ ਜਾ ਰਿਹਾ ਸੀ ਅਤੇ ਪੁਲਿਸ ਟੀਮ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਸੀ। ਸਰ, ਇਹ ਲੈ ਕੇ ਕਿੱਥੇ ਆਇਆ ਸੀ, ਲੈ ਕੇ ਕਿੱਥੇ ਜਾਣਾ ਸੀ? ਇਹ ਆਇਆ ਸੀ ਝਾਰਖੰਡ ਤੋਂ, ਹਜੇ ਤੱਕ ਜੋ ਪਤਾ ਲੱਗਿਆ, ਅਤੇ ਫਗਵਾੜੇ ਜਾਣਾ ਸੀ। ਅਤੇ ਸਰ, ਇਹ ਕਿੰਨਵੀਂ ਵਾਰੀ ਲੈ ਕੇ ਆਇਆ ਸੀਗਾ ਜੇ ਫਸਟ ਟਾਈਮ ਸੀਗਾ? ਨਹੀਂ, ਇਹ ਪਹਿਲਾਂ ਕਾਫੀ ਗੇੜੇ ਲਾ ਚੁੱਕਿਆ, ਹਜੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਅਤੇ ਅਸੀਂ ਵੈਰੀਫਾਈ ਕਰ ਰਹੇ। ਸਰ, ਇੱਥੇ ਇਹਨਾਂ ਨੇ ਕਿਹਨੂੰ ਸਪਲਾਈ ਕਰਨੀ ਸੀ? ਫਗਵਾੜੇ ਕਰਨੇ ਸੀ ਕਿਸੇ ਨੂੰ, ਅਤੇ ਉਹ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ, ਉਹ ਫਿਰ ਬਾਅਦ ਦੱਸਾਂਗੇ। ਸਰ, ਕਿੰਨੇ ਕਿਲੋ ਫੀਮ, ਕਿੰਨੇ ਪ੍ਰਤੀ ਕਿਲੋ ਲੈ ਕੇ ਆਉਂਦਾ ਸੀ ਅਤੇ ਕਿਹੜੇ ਭਾਅ ਨਾਲ ਅੱਗੋਂ ਵੇਚਣੀ ਸੀ? ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ, ਅਤੇ ਪਰ ਕੇ ਜੀ ਕਰੀਬ 1.5 ਲੱਖ ਰੁਪਏ 'ਤੇ ਵੇਚਣੀ ਸੀ ਇਹਨੇ, ਅਤੇ ਲੈ ਕੇ 1 ਲੱਖ ਰੁਪਏ 'ਤੇ ਆਇਆ ਸੀ। ਠੀਕ ਹੈ ਜੀ, ਅਤੇ ਪੜ੍ਹਿਆ ਲਿਖਿਆ ਕਿੰਨਾ ਜੀ ਹੈ ਜੀ? ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਪਹਿਲਾਂ ਵੀ ਕੋਈ ਮੁਕੱਦਮਾ ਜੀ ਉੱਤੇ? ਹਾਂਜੀ, ਪਹਿਲਾਂ ਵੀ ਕੋਈ ਮੁਕੱਦਮਾ ਉੱਤੇ? ਮੁਕੱਦਮੇ ਅਜੇ ਕਰ ਰਹੇ ਹਾਂ ਜੀ। ਚਲੋ, ਥੈਂਕ ਯੂ ਸਰ।